ਹਾਂਜੀ ਸਭ ਤੋਂ ਪਹਿਲਾਂ ਤਾਂ ਸਾਡੇ ਪ੍ਰੈਸ ਵਾਲੇ ਵੀਰਾਂ ਨੂੰ ਥੈਂਕ ਯੂ ਵੈਲਕਮ ਆਉਣ ਨੂੰ ਤੇ ਅਸੀਂ ਅੱਜ ਜਿਹੜਾ ਅਲਬਰਟਾ ਪੰਜਾਬੀ სპੋਰਟਸ ਕਲੱਬ ਦੇ ਤਰਫੋਂ ਇਹ ਨਾਟਕ ਜਿਹੜਾ ਕਰਚੇ ਚਿੱਤਰਕਾਰ ਜੀ ਦਾ ਕਿ ਬੜੇ ਵਧੀਆ ਆਰਟਿਸਟ ਨੇ ਜਿਹੜਾ ਮੈਸੇਜ ਲੈ ਕੇ ਆਉਂਦੇ ਆ ਸਦਾ ਹੀ ਵਧੀਆ ਤੇ ਸਾਡੇ სპੋਰਟਸ ਕਲੱਬ ਨੇ ਸਪੋਰਟਸ ਦੇ ਨਾਲ ਨਾਲ ਕਲਚਰ ਨੂੰ ਵੀ ਜੋੜਿਆ ਤੇ ਇਸੇ ਨਾਲ ਸਾਨੂੰ ਇਹ ਆਸ ਹੈ ਵੀ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੂਗੀ ਉਹਦੇ ਵਿੱਚ ਤੀਆਂ ਦੇ ਪ੍ਰੋਗਰਾਮ ਜਾਂ ਕੋਈ ਵਧੀਆ ਮੈਸੇਜ ਜਿਹੜਾ ਕਨਵੇ ਹੁੰਦਾ ਉਹਨੂੰ ਅਸੀਂ ਜਰੂਰ ਸਪੋਰਟ ਕਰਦੇ ਆਂ ਤੇ ਬਾਕੀ ਸਾਡੇ ਭਾਈਚਾਰੇ ਵੱਲੋਂ ਵੀ ਇਹਦੀ ਪੂਰੀ ਸਪੋਰਟ ਆ ਤੇ ਬਾਕੀ ਇਹ ਪੂਰਾ ਜਿਹੜਾ ਮੈਸੇਜ ਲੈ ਕੇ ਆਇਆ ਇਸ ਗ੍ਰੇਟ ਮੈਸੇਜ ਤੇ ਇੱਕ ਵਧੀਆ ਚਿੱਤਰਕਾਰ ਦੀ ਟੀਮ ਹੈ ਤੇ ਬਾਕੀ ਆਉਣ ਵਾਲੇ ਟਾਈਮ 'ਚ ਵੀ ਇਸ ਤਰ੍ਹਾਂ ਕਰਦੇ ਰਹਿਣਗੇ ਅਸੀਂ ਆਪਣੇ ਵੱਲੋਂ ਤੇ ਪੂਰੇ ਕਲੱਬ ਵੱਲੋਂ ਸਾਰਿਆਂ ਦਾ ਥੈਂਕ ਯੂ ਕਰਦੇ ਆਂ ਸਪੋਰਟ ਆਪਣੇ ਸਪੋਰਟਰਸ ਦਾ ਵੀ ਏ ਜਨਨ ਐ ਫਾਈਨੈਂਸ਼ੀਅਲ ਹੈਬੀਕੀ ਤੇ ਸਾਰਿਆਂ ਦਾ ਥੈਂਕ ਯੂ ਵੈਰੀ ਮੱਚ ਸਸੀ ਗਾਜੀ ਮੈਂ ਗੁਰਚੇਤ ਚਿੱਤਰਕਾਰ ਲੈ ਕੇ ਆਇਆ ਧਰਮਰਾਜ.com ਨਾਟਕ ਜਿਹੜਾ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੀ ਸਰਕਾਰ ਨੇ ਇਹ ਨਾਟਕ ਹੋਣ ਨਹੀਂ ਦਿੱਤਾ ਕਿਉਂਕਿ ਨਾਟਕ ਦੇ ਵਿੱਚ ਕੌੜਾ ਸੱਚ ਸੀ ਇਸ ਨਾਟਕ ਦੇ ਵਿੱਚ ਸਚਾਈ ਸੀ ਪਖੰਡੀ ਸਾਧਾਂ ਦਾ ਕੀ ਕੀ ਕਰਦੇ ਨੇ ਤੇ ਸਾਡੇ ਪ੍ਰੈਸ ਲੀਡਰ ਕੀ ਕੀ ਕਰਨੇ ਕਰ ਰਹੇ ਨੇ ਕਿਸ ਤਰ੍ਹਾਂ ਸਾਡੇ ਮੁਲਕ ਦੇ ਵਿੱਚ ਨਸ਼ਾ ਫੈਲਾ ਰਹੇ ਨੇ ਸੋ ਇਹ ਨਾਟਕ ਦੇ ਵਿੱਚ ਜਿੱਥੇ ਤੁਹਾਨੂੰ ਹਸਾ ਹਸਾ ਕੇ ਤੁਹਾਡੇ ਢਿੱਡੀ ਪੀੜਾਂ ਪਾਊਗਾ ਉੱਥੇ ਦੇ ਵਿੱਚ ਬਹੁਤ ਵੱਡੇ ਵੱਡੇ ਮੈਸੇਜ ਨੇ ਚਾਹੇ ਉਪਰ ਹੱਤਿਆ ਦਾ ਹੋਵੇ ਚਾਹੇ ਰਿਸ਼ਵਤ ਖੋਰੀ ਦਾ ਹੋਵੇ ਚਾਹੇ ਪ੍ਰੈਸ ਲੀਡਰਾਂ ਦਾ ਹੋਵੇ ਚਾਹੇ ਪਖੰਡੀ ਬਾਬਿਆਂ ਦਾ ਹੋਵੇ ਹਰ ਤਰ੍ਹਾਂ ਦਾ ਇਸ ਦੇ ਵਿੱਚ ਮਸਾਲਾ ਭਰਿਆ ਹੋਇਆ ਤੁਹਾਡੇ ਆਪਣੇ ਸੱਭਿਆਚਾਰ ਦੀ ਗੱਲ ਹੈ ਆਪਣੀ ਮਾਂ ਬੋਲੀ ਦੀ ਗੱਲ ਹੈ ਆਪਣੇ ਕਲਚਰ ਦੀ ਗੱਲ ਹੈ ਤੇ ਆਪਣੇ ਜਿੰਨਾ ਵੀ ਸਮਾਜ ਦੇ ਵਿੱਚ ਬੁਰਾਈਆਂ ਨੇ ਉਸ ਨਾਟਕ ਦੇ ਵਿੱਚ ਪੇਸ਼ ਕੀਤੀਆਂ ਨੇ ਸੋ ਇਹ ਨਾਟਕ dharmaraj.com ਜਿੰਨੇ ਵੀ ਮੇਰੇ ਪੰਜਾਬੀ ਵੀਰ ਸੁਣ ਰਹੇ ਨੇ ਭੈਣਾਂ ਸੁਣ ਰਹੀਆਂ ਨੇ ਬਜ਼ੁਰਗ ਸੁਣ ਰਹੇ ਨੇ ਇਹ ਨਾਟਕ ਨੂੰ ਜਰੂਰ ਦੇਖਣ ਆਓ ਕੈਨੇਡਾ ਅਮਰੀਕਾ ਜਿੱਥੇ ਵੀ ਤੁਸੀਂ ਵਸਦੇ ਹੋ ਅਸੀਂ ਕੈਨੇਡਾ ਕਰਨ ਆ ਰਹੇ ਹਾਂ ਔਰ ਤੁਸੀਂ ਇਹ ਨਾਟਕ ਨੂੰ ਵੇਖਣਾ ਨਾ ਭੁੱਲਿਓ ਜੀਤ ਤਾਂ ਜਲੋ ਵੀ ਜਾਂਦਾ ਪੱਕਾ ਪੰਚਰ ਹੁੰਦਾ ਬਟਾ ਪੰਜਾਬੀ ਸਪੋਰਟਸ ਕਲੱਬ ਐਂਡ ਕਲਚਰ ਐਸੋਸੀਏਸ਼ਨ ਵੱਲੋਂ ਅੱਜ ਧਰਨਾਰਾਜ.com ਨਾਟਕ ਗੁਰਚੇ ਚਿੱਤਰਕਾਰ ਦਾਜ ਖੜਾਇਆ ਜਾ ਰਿਹਾ ਹੈ ਇਸ ਨਾਟਕ ਚ ਬੜਾ ਸੁਨੇਹਾ ਹੈ ਹਾਸੇ ਠੱਠ ਦੇ ਨਾਲ ਨਾਲ ਜਿਹੜੇ ਪ੍ਰੇਸ਼ਟ ਪੋਲਿਟਿਸ਼ੀਅਨ ਔਰ ਜਿਹੜੇ ਬਾਬੇ ਗਲਤ ਕੰਮ ਕਰ ਰਹੇ ਨੇ ਪੰਜਾਬ ਚ ਉਹਨਾਂ ਦਾ ਇੱਕ ਮੈਸੇਜ ਸਾਡੀ ਕਮਿਊਨਿਟੀ ਨੂੰ ਕਨਵੇ ਕੀਤਾ ਜਾ ਰਿਹਾ ਹੈ ਔਰ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਆ ਪੋਲੀਟੀਸ਼ੀਅਨਸ ਔਰ ਬਾਬਿਆਂ ਕਰਕੇ ਉਹਨਾਂ ਨੂੰ ਇਹ ਨਾਟਕ ਬਿਆਨ ਕਰ ਰਿਹਾ ਹੈ ਹਾਸੇ ਠੱਠ ਦੇ ਨਾਲ ਨਾਲ ਇੱਕ ਮੈਸੇਜ ਦੇ ਰਿਹਾ ਹੈ ਐਡਮਿੰਟਨ ਦੇ ਵਿੱਚ ਅਸੀਂ ਇੱਕ ਬਹੁਤ ਹੀ ਅੱਛਾ ਨਾਟਕ ਲੈ ਕੇ ਆ ਰਹੇ ਹਾਂ ਕਾਮੇਡੀ ਪਲੇ thermolite.com ਇਹ ਪਲੇ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀ ਤਰਾਸਦੀ ਆ ਸਿਆਸੀ ਲੋਕਾਂ ਦੀ ਪਿਛਟ ਲੋਕਾਂ ਦੀ ਠੱਗ ਸੰਤਾਂ ਦੀ ਸਾਧਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਅਸਲੀਅਤ ਹੈ ਉਹਨੂੰ ਉਜਾਗਰ ਕਰਦਾ ਉਹਨੂੰ ਨੰਗਿਆਂ ਕਰਦਾ ਇਹ ਪਲੇ ਔਰ ਇਹਦੇ ਵਿੱਚ ਜਿਹੜਾ ਸੱਚ ਆ ਉਹ ਕੌੜਾ ਸੱਚ ਜਿਹੜਾ ਉਹ ਬਿਲਕੁਲ ਓਪਨਲੀ ਉਜਾਗਰ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਪ੍ਰੇਸ਼ਲੀਡਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਲੋਕਾਂ ਨੂੰ ਲੁੱਟ ਰਹੇ ਆ ਜਿਹੜੀ ਆਮ ਲੋਕਾਂ ਦੀ ਜਾਇਦਾਦ ਆ ਆਮ ਲੋਕਾਂ ਦਾ ਪੈਸਾ ਆ ਉਹਦੀ ਦੁਰਵਰਤੋਂ ਕਿਵੇਂ ਹੁੰਦੀ ਆ ਕਿਵੇਂ ਜਿਹੜੇ ਆ ਪਖੰਡੀ ਸਾਥ ਜਿਹੜੇ ਆ ਉਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਧਰਮ ਦੇ ਨਾਂ ਤੇ ਠੱਗ ਰਹੇ ਆ ਸੋ ਇਹ ਜਿਹੜਾ ਪਲੇ ਆ ਇਹਨੂੰ ਅਸੀਂ ਕੈਨੇਡਾ ਦੇ ਨਾਲ ਨਾਲ ਅਮਰੀਕਾ ਵਿੱਚ ਲੈ ਕੇ ਜਾ ਰਹੇ ਆ ਔਰ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਲੈ ਕੇ ਜਾ ਰਹੇ ਆ ਸੁਣਨ ਵਾਲੇ ਸਾਰੇ ਮੇਰੇ ਵਤਨਵਾਸੀਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਮਲਕੀਤ ਰੌਣੀਆ ਜੀ ਮੈਂ ਇਸ ਨਾਟਕ ਦੇ ਵਿੱਚ ਕਈ ਰੋਲ ਕਰਦਾ ਤੇ ਇਹ ਨਾਟਕ ਸਾਡਾ ਇਹਨਾਂ ਦੇਸ਼ਾਂ ਦੇ ਵਿੱਚ ਤੇ ਆਪਣੇ ਦੇਸ਼ ਦੇ ਵਿੱਚ ਦਿਖਾਉਣ ਦਾ ਇੱਕੋ ਇੱਕ ਪਰਪਸ ਹੈ ਕਿ ਅਸੀਂ ਜਿਹੜੀ ਸਾਡੀ ਪਨੀਰੀ ਹੈ ਨਵੀਂ ਪੀੜ੍ਹੀ ਹੈ ਅਸੀਂ ਉਸ ਨੂੰ ਆਪਣੀ ਵਿਰਾਸਤ ਦੇ ਨਾਲ ਜਿਹੜੀ ਸਾਡੀ ਹੱਕਾਂ ਲਈ ਜੂਝਦੀ ਇੱਕ ਵਿਰਾਸਤ ਹੈ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤੀ ਉਸ ਗਦਰੀ ਬਾਬਿਆਂ ਨੂੰ ਕਿਸੇ ਮੌਕੇ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਪੰਜਾਬ ਨੇ ਇੱਕ ਆਵਾਜ਼ ਮਾਰੀ ਸੀ ਕਿ ਆਓ ਸੋਣਾ ਪੰਜਾਬ ਸਰਜੋ ਆਜ਼ਾਦ ਹਿੰਦੁਸਤਾਨ ਦੀ ਗੱਲ ਕਰੀਏ ਸੋ ਇਸ ਤਰ੍ਹਾਂ ਹੀ ਸਮਝਦੇ ਹਾਂ ਅਸੀਂ ਕਿ ਅੱਜ ਪੰਜਾਬ ਫੇਰ ਆਪਣੇ ਪੁੱਤਰਾਂ ਨੂੰ ਜਿਹੜੇ ਵਿਦੇਸ਼ਾਂ 'ਚ ਵੱਸਦੇ ਨੇ ਉਹਨਾਂ ਨੇ ਇੱਕ ਆਵਾਜ਼ ਮਾਰਦਾ ਹੈ ਕਿ ਪੰਜਾਬ ਦੇ ਵਿੱਚ ਜਿਹੋ ਜਿਹਾ ਭ੍ਰਿਸ਼ਟਾਚਾਰ ਜਿਹੋ ਜਿਹਾ ਨਸ਼ੇ ਜਿਹੋ ਜਿਹੀ ਪ੍ਰੋਨ ਹੱਤਿਆ ਜਾਂ ਅਨੇਕਾਂ ਹੀ ਉਹੋ ਜੀਆਂ ਸਮਾਜਿਕ ਬੁਰਾਈਆਂ ਫੈਲ ਚੁੱਕੀਆਂ ਨੇ ਆਓ ਆਪਾਂ ਰਲ ਕੇ ਹੰਬੜਾ ਮਾਰੀਏ ਸਾਰੇ ਭਰਾਵੋ ਤੁਸੀਂ ਤੇ ਅਸੀਂ ਉਸ ਪੰਜਾਬ ਨੂੰ ਫੇਰ ਤੋਂ ਸੋਨਾ ਤੇ ਹਰਿਆਪਰਾ ਬਣਾਈਏ ਉਹ ਪੰਜਾਬ ਬਣਾਈਏ ਜਿਹੜਾ ਕਦੇ ਧਨੀਰਾਮ ਚਾਤਰਕ ਜਿਹੜਾ ਕਦੇ ਪ੍ਰੋਫੈਸਰ ਮੋਹਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਜਾਂ ਅਮਰਤਾ ਪ੍ਰੀਤਮ ਹੋਣੀ ਆਪਣੇ ਕਵਿਤਾ ਦੇ ਵਿੱਚ ਆਪਣੇ ਗੀਤਾਂ ਦੇ ਵਿੱਚ ਅਲਵੇਲੇ ਗੀਤਾਂ ਦੇ ਵਿੱਚ ਉਸ ਅਲਵੇਲੇ ਪੰਜਾਬ ਦੀ ਗੱਲ ਕਰਦੇ ਸੀ ਆਓ ਮੁਰਕਿਓ ਉਸ ਪੰਜਾਬ ਦੀ ਕਾਮਨਾ ਕਰੀਏ ਸਾਡਾ ਨਾਟਕ ਇਹਨਾਂ ਗੱਲਾਂ ਦੀ ਬਾਤ ਪਾਉਂਦਾ ਹੈ ਕਿਹਨੇ ਕਿਹਾ ਤੁਹਾਨੂੰ ਕੌਣ ਕਹਦਾ ਤੁਸੀਂ ਪਰੂ ਪੂਰੇ ਪਰੋਗ ਦੇ ਸਾਰੇ ਨੂੰ ਪੂਰੇ ਗਾ